ਦੇਸ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੇਨਿਕ ਸੂਰਾ ਟਾਈਮਸ ਆਖਿਰਕਾਰ 12 ਦਿਨ ਦੇ ਡਾਇਲੋਗ ਤੋਂ ਬਾਅਦ ਸਰਕਾਰ ਨੇ ਚਿੱਠੀ ਕਾਢ ਹੀ ਦਿੱਤੀ ਬੈਠਕ ਦਾ ਨਿਯੋਤਕ ਕਿਸਾਨਾਂ ਨੂੰ ਭੇਜਤਾ ਮੇਰੇ ਨਾਲ ਇਸ ਵਕਤ ਸੀਨੀਅਰ ਬੀਜਪੀ ਲੀਡਰ ਸੁਰਜੀਤ ਜਾਨੀ ਨੇ ਜਿਹੜੇ ਕਿ ਪੂਰੇ ਮੀਡੀਆਕਰ ਦਾ ਕੰਮ ਕਰ ਰਹੇ ਨੇ ਕਿਸਾਨ ਤੇ ਸਰਕਾਰਾਂ ਦੇ ਵਿੱਚ ਜਾਨੀ ਸਾਹਿਬ ਫਿਰ ਸਰਕਾਰ ਰੈਡੀ ਹੈ ਵਾਰਤਾ ਵਾਸਤੇ ਸਰਕਾਰ ਤਾਂ 24 ਘੰਟੇ ਰੈਡੀ ਰਹਿੰਦੀ ਹੈ ਔਰ ਸਰਕਾਰ ਨੇ ਕਹਿੰਦਾ ਸੀ ਕਿ ਕਿਸਾਨਾਂ ਦੀ ਵਾਰਤਾਲਾਬ ਵਾਸਤੇ ਸਾਡੇ ਦੂਏ ਖੁੱਲੇ ਨੇ ਉਦਵ ਦੇਸ਼ ਦੇ ਪ੍ਰਧਾਨ ਮੰਤਰੀ ਨੇ ਹੱਥ ਜੋੜ ਕੇ ਮਿੰਤੀ ਪ੍ਰਾਰਥਨਾ ਵੀ ਕੀਤੀ ਹੈ ਕਦੋਂ ਚਾਹਣ ਕਿਸਾਨ ਜੇ ਅਗਰ ਮੋਦੀ ਸਾਹਿਬ ਨੂੰ ਮਿਲਣਾ ਚਾਹਣ ਤਾਂ ਲੈਨ ਟਾਈਮ ਮੋਦੀ ਸਾਹਿਬ ਨੂੰ ਮਿਲ ਲੈਣ ਮੀਟਿੰਗ ਦਾ ਟਾਈਮ ਦੇਣ ਮੀਟਿੰਗ ਹੋ ਜਾਣੀ ਹੈ ਕਿਉਂਕਿ ਦੋਹਰੇ ਸਰਕਾਰ ਦੀ ਕਿਸੇ ਪਾਸੇ ਕਿਸਾਨਾਂ ਦੇ ਵਾਸਤੇ ਕੋਈ ਉਗਲ ਨਹੀਂ ਹੈ ਆ ਚਿੱਠੀ ਕੱਢਤੀ ਚਿੱਠੀ ਕੱਢ ਕੇ ਦੱਸਿਆ ਕਿਸਾਨਾਂ ਨੂੰ ਪੁੱਛਿਆ ਜਦੋਂ ਕਦੋਂ ਚਾਹੁੰਦੇ ਮੀਟਿੰਗ ਬੋਲੋ ਜਦੋਂ ਕਿਸਾਨਾਂ ਨੇ ਟਾਈਮ ਦੇਣਾ ਹੈ ਮੀਟਿੰਗ ਰੱਖੀ ਜਾਣੀ ਹੈ ਜਵਾਬ ਆਇਆ ਹਲੇ ਤੱਕ ਤਦ ਤੁਹਾਡੇ ਲਈ ਪਤਾ ਲੱਗ ਰਿਹਾ ਕਿ ਉਹ ਮੀਟਿੰਗ ਆਪ ਦੀ ਮੀਟਿੰਗ ਕਰ ਰਹੇ ਨੇ ਔਰ ਮੀਟਿੰਗ ਕਰਕੇ ਫੈਸਲਾ ਲੈ ਕੇ ਉਹਨਾਂ ਨੇ ਸਰਕਾਰ ਨੂੰ WhatsApp ਤੇ ਆਪਦੀ ਚਿੱਠੀ ਭੇਜਣੀ ਵੀ ਕਿਹੜੀ ਤਾਰੀਖ ਚਾਹੁੰਦੇ ਹੈ ਕਿਹੜਾ ਟਾਈਮ ਚਾਹੁੰਦੇ ਉਹ ਟਾਈਮ ਮੀਟਿੰਗ ਸਰਕਾਰ ਰੱਖ ਲਓ ਕਿਸਾਨਾਂ ਨੂੰ ਇਹ ਵੀ ਖੁਸ਼ਾ ਪੈ ਰਿਹਾ ਹੈ ਕਿ ਜਿਹੜੀ ਚਿੱਠੀ ਆ ਉਹ ਗ੍ਰਹ ਸਚਿ ਕਿਸ਼ੀ ਸਚਿਵ ਵੱਲੋਂ ਭੇਜੀ ਗਈ ਹੈ ਪਹਿਲਾਂ ਵੀ ਇੱਕ ਵਾਰੀ ਅਧਿਕਾਰੀਆਂ ਵੱਲੋਂ ਭੇਜੀ ਗਈ ਤੇ ਕਿਤੇ ਅਧਿਕਾਰੀਆਂ ਦੀ ਮੀਟਿੰਗ ਤਾਂ ਨਹੀਂ ਹੈ ਇਹ ਮੰਤਰੀ ਹੋਣਗੇ ਕਿ ਨਹੀਂ ਹੋਣਗੇ ਮੇਟ ਮੰਤਰੀ ਪੱਕੇ ਹੋਣਗੇ ਜਿਹੜੇ ਪਹਿਲੇ ਮੰਤਰੀ ਬਹਿਟਦੇ ਉਹਨੇ ਹੀ ਮੰਤਰੀ ਹੋਣਗੇ ਉਹਨੇ ਕਿਸੇ ਕਿਸਾਨ ਜਥੇਬੰਦੀ ਆ ਇਹ ਸ਼ੰਕਾ ਕਰਨ ਦੀ ਲੋੜ ਨਹੀਂ ਹੈ ਉਹਨੇ ਹੋਣਗੇ ਔਰ ਬਸ ਗੱਲ ਇਹ ਹੈ ਕਿ ਮੀਟਿੰਗ ਜਿਹੜੀ ਆ ਤੁਸੀਂ ਆਪਾਂ 12 ਦਿਨ ਵਿੱਚ ਜੋ ਪਏ ਨੇ ਉਹਦਾ ਕਾਰਨ ਆਇਆ ਕਿ ਯੈਸ ਔਰ ਨੋ ਯੈਸ ਨੋ ਜਦੋਂ ਜਿੱਥੇ ਹੋ ਜਾਂਦੀ ਹੈ ਤੇ ਮੀਟਿੰਗ ਦਾ ਮਹੱਤਵ ਨਹੀਂ ਰਹਿ ਜਾਂਦਾ ਹੁਣ ਕਿਸਾਨ ਜਥੇਬੰਦੀ ਨੇ ਤਕੜਾ ਵੱਡਾ ਜੇਰਾ ਕਰਕੇ ਕਿਹਾ ਵੀ ਅਸੀਂ ਯੈਸ ਨੋ ਤੋਂ ਅੱਗੇ ਵਧਾਂਗੇ ਸਰਕਾਰ ਨੇ ਸੱਦਾ ਪੱਤਰ ਭੇਜਿਆ ਔਰ ਟਾਈਮ ਹੀ ਦੇਣ ਤੇ ਮੀਟਿੰਗ ਹੋ ਜਾਣੀ ਹੈ ਇਸ ਨੂੰ ਦੁਹਰਾਇਆ ਕਿ ਸਾਰੀ ਜੱਥੇਬੰਦੀਆਂ ਨਹੀਂ ਕਹਿ ਰਹੀਆਂ ਕੁਝ ਹਲੇ ਵਿਆੜੇ ਹੋਏ ਨੇ ਕੁਝ ਜਿਹੜੇ ਸੌਫਟ ਹੋਏ ਨੇ ਬਾਕੀ ਆੜੇ ਹੋਏ ਨੇ ਤਾਂ ਕਿੱਦਾਂ ਗੱਲ ਵਧੇਗੀ ਫਿਰ ਅੱਗੇ ਅੜੇ ਉਹ ਮੈਂ ਉਹਦਾ ਬਾਰੇ ਕੁਝ ਨਹੀਂ ਕਹਿ ਸਕਦਾ ਉਹ ਤਾਂ 32 35 ਜੱਥੇਬੰਦੀਆਂ ਨੇ ਉਹਨਾਂ ਨੇ ਫੈਸਲਾ ਲੈਣਾ ਉਹਨਾਂ ਚ ਕੌਣ ਆੜਿਆ ਹੈ ਕੌਣ ਨਹੀਂ ਆੜਿਆ ਉਹ ਤਾਂ ਮੀਟਿੰਗ ਦੇ ਵਿੱਚ ਫੈਸਲਾ ਕਰਕੇ ਉਹਨਾਂ ਨੇ ਦੇਣਾ ਇਹ ਤੇ ਮੇਰਾ ਕੋਈ ਕਹਿਣ ਦੀ ਗੱਲ ਵੀ ਨਹੀਂ ਹੈ ਕੋਈ ਲੋਈ ਦੇ ਨਾਲ ਇੱਕ ਗੱਲ ਹੋਰ ਜੁੜੀ ਹੋਈ ਹੈ ਕਿ ਉਹਨਾਂ ਨੇ ਇੱਕ ਫੈਸਲਾ ਲਿਆ ਅੱਜ ਗੁਰਨਾਮ ਸਿੰਘ ਚੜੂਨੀ ਚਲੇ ਵੀ ਗਏ ਬਿਹਾਰ ਜਿਹੜੇ ਐਨਡੀਏ ਦੇ ਅਲਾਈ ਨੇ ਉਹਨਾਂ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਆਪਣੇ ਨਾਲ ਲੈਣ ਦੀ ਗੱਲ ਕਰ ਰਹੇ ਆਂਗੇ ਅਸੀਂ ਨਾਲ ਲਵਾਵਾਂਗੇ ਤੇ ਇਹਨਾਂ ਤੇ ਪ੍ਰੈਸ਼ਰ ਪਾਵਾਂਗੇ ਚਲੋ ਉਹਨਾਂ ਦੀ ਮਰਜ਼ੀ ਹੈ ਉਹ ਜਿਹੜੀ ਕਿਸਾਨ ਯੂਨੀਅਨ ਹੈ ਉਹਨਾਂ ਦਾ ਪ੍ਰੋਗਰਾਮ ਹੈ ਉਹਨਾਂ ਨੂੰ ਜੋ ਆਪਦੇ ਪ੍ਰੋਗਰਾਮ ਦੇਣੇ ਆ ਆਪਾਂ ਉਹ ਪ੍ਰਜਾਤੰਤਰ ਦੇ ਦੇਸ਼ ਦੇ ਵਿੱਚ ਆਪਾਂ ਕੋ ਰੋਕ ਨਹੀਂ ਸਕਦੇ ਕਿਹਨੂੰ ਨਾਲ ਲੜਾਣਾ ਹੈ ਕਿਹਨੂੰ ਨਹੀਂ ਰੜਾਣਾ ਉਹਨਾਂ ਦਾ ਕੰਮ ਹੈ ਕਿਨੇ ਰੜਣਾ ਕਿਨੇ ਨਹੀਂ ਰੜਣਾ ਉਹਦੇ ਵਿੱਚ ਮੈਂ ਬਿਨਾਂ ਵਜ੍ਹਾ ਕੋਈ ਅਗਰੇਜੀ ਗੱਲ ਕਰਾਂ ਤਾਂ ਕੋਈ ਠੁਕ ਨਹੀਂ ਅਲਾਈ ਤੁਹਾਡੇ ਨਾਲ ਹੀ ਨੇ ਜਿੰਨੇ ਵੀ ਨੇ ਹਾਂਜੀ ਜਿਹੜੇ ਐਂਡੀ ਦੇ ਅਲਾਈ ਨੇ ਉਹ ਤੁਹਾਡੇ ਨਾਲ ਹੀ ਨੇ ਇਸ ਵਕਤ ਇਸ ਮਾਮਲੇ ਤੇ ਜਿੰਨੇ ਹੈਗੇ ਉਹ ਤਾਂ ਨਾਲ ਹੈਗੇ ਹੂੰ ਤੇ ਦੂਜੀ ਗੱਲ ਕਰੀਏ ਹੋਰ ਵੀ ਕਈ ਚੀਜ਼ਾਂ ਕਹੀਆਂ ਗਈਆਂ ਅੱਜ ਤੋਂ ਉਹ ਖੜਤਾਲ ਵੀ ਸ਼ੁਰੂ ਹੋ ਗਈ ਹੈ ਰੇਲੇ ਪੁਖੜਤਾਲ ਹੋਏਗੀ ਹੋਰ ਕੰਪਨੀਆਂ ਦਾ ਬਾਈਕਾਟ ਕਰੋ ਇਹ ਕਰੋ ਕਰੋ ਸਾਰੀਆਂ ਚੀਜ਼ਾਂ ਵੀ ਹੋ ਗਈਆਂ ਨੇ ਉਹ ਜਿੱਥੇ ਬੰਦਿਆਂ ਦੀ ਮਰਜ਼ੀ ਅਗੀ ਕਰ ਮੇਰੀ ਤੇ ਕੋਈ ਪ੍ਰਾਰਥਨਾ ਨਹੀਂ ਜਿੱਥੇ ਬੰਦਿਆਂ ਨੂੰ ਪ੍ਰਾਰਥਨਾ ਇਹ ਹੈ ਕਿ ਸੰਘਰਸ਼ ਬਹੁਤ ਲੰਮਾ ਔਰ ਬਹੁਤ ਵੱਡਾ ਔਰ ਬੜਾ ਕਾਮਯਾਬ ਹੋ ਗਿਆ ਔਰ ਸਰਕਾਰ ਨੂੰ ਪਤਾ ਹੈ ਇਸੀ ਦਾ ਵੀ ਇੱਕ ਜਥੇਬੰਦੀਆਂ ਇੱਕ ਨੇ ਕਿਸਾਨ ਦੀ ਸਮੱਸਿਆ ਸਮਝ ਆ ਗਈ। ਪ੍ਰੈਸ਼ਰ ਜਿੰਨਾ ਤੁਸੀਂ ਪ੍ਰੈਸ਼ਰ ਵਾਸਤੇ ਦਰਨਾ ਜਰੂਰ ਸੱਪਾ ਕਰਦੇ ਆ ਉਹ ਗੱਲ ਬਣ ਗਈ। ਹੁਣ ਮੇਰੀ ਜਥੇਬੰਦੀਆਂ ਤੁਹਾਡੇ ਰਾਏ ਪ੍ਰਾਰਥਨਾ ਹੈ ਕਿ ਮੌਸਮ ਵੀ ਖਰਾਬ ਹੈ, ਠੰਡ ਵੀ ਹੈ, ਬਿਮਾਰੀ ਵੀ ਹੈ। ਜਿੰਨੇ ਵੀ ਬਜ਼ੁਰਗ ਹੈ, ਮਾਤਾਵਾ ਪੈਣਾ, ਬੱਚੇ ਜੋ ਵੀ ਆਏ ਨੇ ਸਾਰਿਆਂ ਨੂੰ ਵਾਪਸ ਭੇਜਣ ਦੀ ਅਪੀਲ ਕਰਨ ਔਰ ਜਥੇਬੰਦੀਆਂ ਦੇ 30-40 ਬੰਦੇ ਜਿਹੜੇ ਆ ਉਹ ਇੱਥੇ ਭਾਵੇਂ ਰਹਿ ਜਾਣ, ਉਹ ਭਾਵੇਂ ਬੁੱਕਟ ਹੜਤਾਲ ਤੇ 10-10 ਬੰਦੇ ਰੋਟੀਨ ਤੇ ਬੈਠੇ ਰਹਿਣ ਸਰਕਾਰ ਨਾਲ ਗੱਲ ਕਰਦੇ ਰਹਿਣ। ਔਰ ਸਰਕਾਰ ਨੇ ਕਿਸਾਨ ਦੀ ਗੱਲ ਮੰਨ ਲੈਣੀ ਹੈ ਔਰ ਜਿਸ ਵਾਸਤੇ ਅਸੀਂ ਇੱਥੇ ਇਕੱਠੇ ਹੋ ਕੇ ਆਏ ਆ ਇਸ ਹਿਸਾਬ ਨਾਲ ਅਸੀਂ धरना ਜਲੂਸ ਕਰਦੇ ਆ ਉਹਦਾ ਪਰਪਸ ਹੱਲ ਹੋ ਗਿਆ ਉਹ ਚੀਜ਼ ਤਾਂ ਹੋ ਗਈ ਹੈ ਉਹ ਸਰਕਾਰ ਦੇ ਵਿੱਚ ਸਮਝ ਆ ਗਈ ਵੀ ਕਿਸਾਨਾਂ ਦੀ ਸਮੱਸਿਆ ਹੈ ਕਿਸਾਨ ਇਕੱਠੇ ਨੇ ਤਾਂ ਬਾਰ-ਬਾਰ ਇਸ ਚੀਜ਼ ਨੂੰ ਦਿਖਾਉਣ ਦੀ ਲੋੜ ਨਹੀਂ ਹੁੰਦੀ ਤਾਂ ਮੇਰੀ ਪ੍ਰਾਰਥਨਾ ਹੈ ਕਿ ਜਿੰਨੇ ਵੀ ਬੁਜ਼ੁਰਗ ਆਏ ਨੇ ਮਾਤਾਵਾਂ ਪੈਣਾ ਜਿੰਨੇ ਲੋਕ ਆਏ ਨੇ ਆਪਨੇ ਸਭ ਜਥੇਬੰਦੀਆਂ ਨੂੰ ਪ੍ਰਾਰਥਨਾ ਕਰ ਆਪ ਆਪਣੇ ਘਰਾਂ ਤੋਂ ਜਾਣ ਕਿ ਨਾਲ ਕਿਸਾਨ ਹਿੱਤ ਦੀ ਗੱਲ ਕਰਨ ਕਿਸਾਨ ਦਾ ਭਲਾ ਕਰਨ ਔਰ ਕਿਸਾਨ ਜਿਹੜਾ ਅੱਜ ਹੈ ਨਾ ਕਰਜ਼ੇ ਦੇ ਵਿੱਚ ਗਰਾਗਾ ਪਿਆ ਬੈਠਾ ਹੈ ਕਿਸਾਨ ਦੇ ਅੱਜ ਕਰਜ਼ਾ ਹੈ ਅਸੀਂ ਇਹ ਨਾ ਕਹਿਣ ਸਾਨੂੰ ਮੁਫਤ ਮੁਫਤ ਕੋਈ ਚੀਜ਼ ਨਾ ਮੰਗੀਏ ਮੇਰੀ ਪ੍ਰਾਰਥਨਾ ਹੈ ਕਿ ਸਰਕਾਰ ਨਾਲ ਗੱਲ ਕਰਨ ਗੱਲ ਕਰਨ ਵੀ ਵਿਆਜ ਜਿਹੜਾ ਹੈ ਜਿੰਨਾ ਵਿਆਜ ਜਿਹੜਾ ਕਿਸਾਨ ਅੱਜ ਕਰਜ਼ੇ ਥੱਲੇ ਆ ਉਹਦਾ ਵਿਆਜ ਬਿਲਕੁਲ ਛੱਡ ਦੇਣਾ ਚਾਹੀਦਾ ਹੈ ਔਰ ਉਹਦੇ ਕੋਲ ਜੇ 5 ਲੱਖ ਦਾ ਜਾਂ 4 ਲੱਖ ਦਾ 2 ਲੱਖ ਦਾ ਕਰਜ਼ਾ ਹੈ ਤਾਂ ਕਰਜ਼ੇ ਦੀ ਕਿਸ਼ਤਾਂ ਬਣਾ ਕੇ ਸਰਕਾਰ ਨੂੰ ਕਿਹੜਾ ਵਰਦੇ ਹੋਏ ਤਾਂ ਕਿ ਕਿਸਾਨ ਵੀ ਸੁੱਖ ਹੋ ਜਾਊਗਾ ਜਦੋਂ ਕਿਸਾਨ ਕਰਜ਼ੇ ਤੋਂ ਬਾਹਰ ਆ ਜਾਊਗਾ ਕਿਸਾਨ ਆਪ ਨੂੰ ਆਪ ਅੱਛਾ ਮਹਿਸੂਸ ਕਰੇਗਾ ਸਭ ਤੋਂ ਜ਼ਰੂਰੀ ਹੈ ਕਿਸਾਨ ਦਾ ਕਰਜ਼ਾ ਜਿਹੜਾ ਹੈ ਅਸੀਂ ਮਾਫ਼ ਨਾ ਕਰਾਂਦੇ ਹੋਏ ਵਿਆਜ ਜਿਹੜਾ ਛੱਡਿਆ ਜਾਵੇ ਬਾਕੀ ਰਕਮ ਦੀ ਕਿਸ਼ਤਾਂ ਨਾਲ ਭਰਾਈ ਜਾਵੇ ਤਾਂ ਕਿ ਕਿਸਾਨ ਫਿਰ ਖੁਸ਼ਹਾਲ ਹੋ ਜਾਊਗਾ ਰੈਡੀ ਹੈ ਵਿਆਜ ਮਾਫ਼ ਕਰਨ ਨੂੰ ਵਿਆਜ ਦੀ ਕਿਸ਼ਤਾਂ ਬਣਾਉਣ ਨੂੰ ਗੱਲ ਕਰਨ ਤਾਂ ਸੀ ਮੈਂ ਤਾਂ ਮੇਰੀ رائے ਦਿੱਤੀ ਹੈ ਨਾ ਜਿੱਥੇ ਬੰਦੀਆਂ ਇਹ ਨਾ ਕਹਿਣ ਕਾਨੂੰਨ ਵਾਪਸ ਜਿੱਥੇ ਬੰਦੀਆਂ ਗੱਲ ਕਰਨ ਕਿਸਾਨ ਦੀ ਹਿੱਤ ਦੀ ਗਲਤ ਹੈ ਜਿਹੜੀ ਕਰਦੇ ਨਹੀਂ ਉਹ ਕਰਨੀ ਚਾਹੀਦੀ ਇਹਨਾਂ ਨੇ ਅੱਜ ਮੌਕਾ ਹੈ ਪਰ ਸਰਕਾਰਾਂ ਨੂੰ ਕੀ ਬੁਰਕ ਪੈਂਦਾ ਅੱਜ ਅਗਰ ਮੰਨ ਕੇ ਚੱਲੋ ਕਿਸਾਨ ਜਿਹੜਾ ਹੈ ਕਰਜ਼ੇ ਦੇ ਵਿੱਚ ਨੱਪਿਆ ਪਿਆ ਅੱਜ ਆਤਮ ਹੱਤਿਆ ਕਾਦੇ ਵਾਸਤੇ ਹੋ ਰਹੀ ਹੈ ਕਰਜ਼ੇ ਵਾਸਤੇ ਹੋ ਰਹੀ ਹੈ ਔਰ ਕਰਜ਼ਾ ਕਾਦਾ ਕਰਜ਼ਾ ਵਿਆਜ ਦਾ ਹੈ ਕਿਸਾਨ ਨੂੰ ਅੱਜ ਅਗਰ ਮਾਰਿਆ ਤਾਂ ਵਿਆਜ ਨੇ ਮਾਰਿਆ ਤਾਂ ਵਿਆਦੀ ਛੂਟ ਕਰਾਣ ਅਸਲ ਦੇ ਵਿੱਚ ਕਿਸ਼ਤਾਂ ਕਰਾਣ ਤਾਂ ਬੈਂਕ ਦਾ ਵੀ ਪੈਸਾ ਆ ਜਾਊਗਾ ਕਿਸਾਨ ਵੀ ਖੁਸ਼ਹਾਲ ਹੋ ਜਾਊਗਾ ਸਾਰਾ ਕੰਮ ਠੀਕ ਹੋ ਜਾਊਗਾ ਗੱਲ ਅੱਜ ਤੋਂ 3-4 ਸਾਲ ਪਹਿਲੇ ਕੈਪਟਨ ਸਾਹਿਬ ਕਰਕੇ ਇੱਕ ਸਾਰਾ ਕਰਜ਼ਾ ਮਾਫ ਕਰ ਦਾਂਗਾ ਜੀ ਚੋਣ ਚ ਜਿੱਤ ਕੇ ਉਸ ਤੋਂ ਬਾਅਦ ਕੁਝ ਨਾ ਆਪਣਾ ਕੈਪਟਨ ਸਾਹਿਬ ਨੇ ਤਾਂ ਘਰਾਗਾਪ ਕੀਤਾ ਐਨਾ ਸਾਡੀ ਸੁਸਾਇਟੀਆਂ ਫੇਲ ਕਰਾਤੀਆਂ ਇਹਨੇ ਅਨਾਉਂਸਮੈਂਟ ਕਰਦੀਆ ਮੈਂ ਕਰਜ਼ਾ ਮਾਫ਼ ਕਰੂੰਗਾ ਆੜਤੀਆਂ ਦਾ ਕਰੂੰਗਾ ਬੈਂਕਾਂ ਦਾ ਕਰੂੰਗਾ ਸੁਸਾਇਟੀਆਂ ਦੇ ਕਰੂੰਗਾ ਹੁਣ ਲੋਕ ਦੇਖ ਰਹੇ ਨੇ ਕਰਜ਼ਾ ਕਦੋਂ ਮਾਫ਼ ਕਰੇ ਬੈਂਕਾਂ ਦੇ ਲੋਕ ਕਰਜ਼ਾ ਭਰਨੀ ਦੇ ਡਿਫਾਲਟਰ ਹੋਗੇ ਸੁਸਾਇਟੀਆਂ ਸਾਡੀਆਂ ਫੇਲ ਹੋ ਗਈ ਇਤਵਾਰ ਸਾਡਾ ਚੱਕਿਆ ਗਿਆ ਇਹ ਤਾਂ ਪੁੱਠੇ ਪੁੱਠੇ ਕੰਮ ਕੀਤੇ ਕੈਪਟਨ ਨੇ ਤਾਂ ਮੁਗਦੀ ਗੱਲ ਹੁਣ ਅੱਜ ਅਗਰ ਕਹਿੰਦੀਆਂ ਜੱਥੇਬੰਦੀਆਂ ਸ਼ਾਮ ਤੱਕ ਜਾਂ ਕੱਲ ਤੱਕ ਮੀਟਿੰਗ ਗ੍ਰਾਉਂਡ ਨੂੰ ਰੈਡੀ ਹੋ ਮੈਂ ਕਿ ਅੱਜ ਹੀ ਕਰ ਲੈਣ ਰਾਤ ਨੂੰ ਕਰ ਲੈਣ ਸਰਕਾਰ ਨੇ ਤਾਂ ਮਿਸੇ ਹੀ ਕਹਿਤਾ ਜੋ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਹਿਤਾ ਹੱਥ ਜੋੜ ਕੇ ਪ੍ਰਾਰਥਨਾ ਕਰ ਦਿਓ ਉਹਦੇ ਵਿੱਚ ਕੀ ਰਹਿ ਜਾਂਦਾ ਜਿੱਥੇ ਬੰਦਿਆਂ ਮਰਜੀ ਹੈ ਮੀਟਿੰਗ ਅੱਜ ਕਰਨ ਜਿੱਥੇ ਬੰਦਿਆਂ ਦੀ ਸਰਕਾਰ ਸਰਕਾਰ ਜਿੱਥੇ ਬੰਦਿਆਂ ਦੀ ਕੋਈ ਤਾਂ ਗੱਲ ਹੈ ਬਿਲਕੁਲ ਹੁਣ ਜਾਨੀ ਸਾਹਿਬ ਦਾ ਕਹਿਣਗੇ ਸਰਕਾਰ ਵੇਟ ਕਰ ਰਹੀ ਹੈ ਕਿਸਾਨਾਂ ਦਾ ਕਿ ਕਦੋਂ ਉਹਨਾਂ ਦਾ ਜਵਾਬ ਆਂਦਾ ਹੈ ਭਾਵੇਂ ਸ਼ਾਮ ਨੂੰ ਆ ਜਾਣ ਰਾਤ ਨੂੰ ਆ ਜਾਣ ਜਦੋਂ ਕਹਿਣਗੇ ਮੀਟਿੰਗ ਕਰਨ ਨੂੰ ਰੈਡੀ ਨੇ ਦਿੱਲੀ ਤੋਂ ਕੈਮਰਾ ਮੈਂ ਲਖਨਾਉਂ ਦਿੱਤ ਨਵਾਂ ਦੇ ਨਿਕਸੋ ਰੈਡੀ ਵੀ ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक एना चोरा ठग्गा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटेया विच समाधान फ्री फ्री फ्री, फ्री मियां रफीक मोहम्मद मोबाइल 8437494647 8437494648